ਅਸਲਾਮ ਵਾਲੇਕੁਮ। ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸ਼ਕੀਲ ਪੰਜਾਬੀ, ਸਾਡੇ ਤੇ ਪੈ ਸਰ ਕੀ ਮਜ਼ਾ। ਅੱਜ ਦਾ ਸਾਰਾ ਟਾਪਿਕ ਇਹਨਾਂ ਜਿਹੜਾ ਉਹ ਗਰੀਬ ਅਤੇ ਅਮੀਰ ਦੀ ਜ਼ਿੰਦਗੀ 'ਤੇ ਨਾ, ਗਰੀਬ ਕੋ ਕਿਵੇਂ ਸਾਰੇ ਮੁਆਸ਼ਰੇ ਡਿੱਠਾ ਵਹਿੰਦਾ ਅਤੇ ਅਮੀਰ ਕੋ ਨਾ। ਬਹਰਹਾਲ ਅਮੀਰ ਤਾਂ ਅਮੀਰ ਆਉਂਦਾ ਆਉਂਦੇ ਤੇ ਇਹਦਾ ਨਾ ਤਬਸਰ ਕਰੇ ਨੇ, ਗਰੀਬ 'ਤੇ ਕਰੇ ਨੇ ਨਾ। ਗਰੀਬ ਬੰਦੇ ਦੀ ਨਾ ਸਾਰੇ ਮੁਆਸ਼ਰੇ ਟੱਕੇ ਦੀ ਇੱਜ਼ਤ ਕੋਨੀ, ਕੋਈ ਵੈਲਿਊ ਕੋਨੀ, ਕੋਈ ਇੱਜ਼ਤ ਕੋਨੀ ਨਾ। ਛੋਟੀ ਜਿਹੀ ਮਿਸਾਲ ਉਹ ਸੀ ਕਿ ਗਰੀਬ ਦਾ ਬਾਲ ਸ਼ੈਤਾਨੀ ਕਰੇ ਚਾ ਨਾ, ਇਹ ਬਦਤਮੀਜ਼ ਯਾਰ, ਇਹ ਕੋਈ ਸਲੀਕਾ ਕੋਨੀ, ਕਸ਼ਾ ਸਿੱਖਾ ਹੀ ਨਹੀਂ ਨੇ। ਅਤੇ ਅਮੀਰ ਦਾ ਬਾਲ ਸ਼ੈਤਾਨੀ ਕਰੇ ਚਾ, ਖੈਰ ਹੈ ਬਾਲ ਹੈ, ਖੈਰ ਖੈਰ ਹੈ, ਕੁਝ ਨਹੀਂ ਥਿੰਦਾ ਬਾਲ ਹੈ, ਹੁਣ ਸ਼ੈਤਾਨੀ ਨਾ ਕਰੇ ਸੀ ਤਾਂ ਕਦਾਂ ਕਰੇ ਸੀ ਨਾ। ਇਹ ਗਰੀਬ ਸ਼ੋਦਾ ਕੋਈ ਮਸ਼ਵਰਾ ਦੇਵੇ ਚਾ, ਚੱਲ ਤਾਂ ਘਰ ਵਾਲੇ ਦਾਲ ਨਹੀਂ ਦਿੰਦੇ, ਤੂੰ ਸਭ ਮਸ਼ਵਰਾ ਦੇਣਾ ਨਾ। ਅਮੀਰ ਅਮੀਰ ਕਮਲਾ ਉਹ ਸੀ ਜਿਵੇਂ ਉਹ ਸੀ ਨਾ, ਸੈਬ ਠੀਕ ਆਦਾ ਪੀ ਲਾ ਲਾ, ਉਹਨਾਂ ਦੀ ਜ਼ਿੰਦਗੀ ਗੁਜ਼ਾਰੀ ਖੜਨ ਤਜਰਬਾ ਹੈ, ਤਜਰਬਾ ਨਾ। ਇਹ ਸਾਰੇ ਮੁਆਸ਼ਰੇ ਗਰੀਬ ਦੀ ਉਹ ਹੈ ਨਾ, ਗਰੀਬ ਜਿਤਨਾ ਚੰਗਾ ਉਹ ਸੀ, ਖੁਸ਼ ਅਖਲਾਕ ਉਹ ਸੀ, ਉਹਦੀ ਟੱਕੇ ਬੰਨੇ ਦੀ ਇੱਜ਼ਤ ਨਾ ਉਹ ਸੀ ਨਾ। ਉਹ ਇਹਨੂੰ ਟੱਪਾ ਵੈ ਸੀ ਬਈ ਯਾਰ ਕੋਈ ਉਧਾਰ ਨਾ ਮੰਗੀ ਨੇ ਮੇਰੇ ਕੋਲ, ਜਾਂ ਕੋਈ ਗਾਲ ਨਾ ਕਰੇ ਚ ਨਾ। ਅਮੀਰ ਹਾਲਾਂਕਿ ਉਹ ਗੱਡੀ 'ਚ ਬੈਠਾ ਉਹ ਸੀ, ਉਹ ਸਲਾਮ ਹੀ ਸਿੱਧਾ ਨਾ ਕਰੇ, ਖੈਰ ਹੋਵੇ ਸਾਹਿਬ ਠੀਕ ਹੀ ਵੇ ਅਮੀਰ, ਕਿਉਂਕਿ ਉਹ ਅਮੀਰ ਹੈ ਨਾ, ਉਹਦੀ ਇੱਕ ਵੈਲਿਊ, ਉਹਦੀ ਹਰ ਇਦਾਰੇ ਸੁਣੀ ਵੈਸੀ, ਹਰ ਜਾ 'ਤੇ ਸੁਣੀ ਵੈਸੀ, ਉਹਦੀ ਇੱਕ ਵੈਲਿਊ ਹੈ ਅਮੀਰ ਬੰਦੇ ਦੀ ਨਾ। ਗਰੀਬ ਬੰਦਾ ਇਹ ਕਸ਼ੈ ਕਹਿ ਮਹਿਕਮੇ 'ਚ ਵੜ ਪਵੇ ਨਾ, ਉਹ ਬਾਤ ਮੁਸੀਬਤ ਆਉਂਦੀ ਪਈ ਆ, ਇਹ ਖਪੈਸੀ ਫਲਾਣੇ ਡੀਂਗੇ। ਹਾਲਾਂਕਿ ਉਹਦਾ ਹੱਕ ਸੱਚ 'ਤੇ ਆਉਂਦਾ, ਉਹ ਇਨਸਾਫ ਮੰਗਣ ਗਿਆ ਖੜਾ ਸੀ, ਜਾਂ ਆਪਣੀ ਮਜਬੂਰੀ ਦੱਸਿਆ ਸੀ, ਲੈ ਕੇ ਨੂੰ ਕੋ ਸਟਾਫ ਵਾਲੇ ਇਵੇਂ ਦੇਖ ਸਕਣ, ਤੂੰ ਆਖ ਸਕ ਉਹਨਾਂ ਦਾ ਕੋਈ ਕੋਈ ਲੱਖ ਰੁਪਈਆ ਦੇਵਣਾ ਨਾ। ਤਾਂ ਅੱਜ ਦੀਆਂ ਗਾਲੀਆਂ ਤੋਂ ਕੀ ਲੱਗਦਾ ਗਰੀਬ ਅਤੇ ਅਮੀਰ ਦਾ, ਸਿਰਫ ਪਾਕਿਸਤਾਨੀ ਕੇ ਜਾਂ ਪਾਕਿਸਤਾਨੀ 'ਚ ਇਵੇਂ ਹਾਲ ਹੈ ਜਾਂ ਬਈ ਜਹਾਤ ਹੈ ਨਾ। ਮੈਂ ਤਾਂ ਸਿਰਫ ਪਾਕਿਸਤਾਨੀ 'ਚ, ਅਤੇ ਤੁਸੀਂ ਹੀ ਦੱਸਿਆ ਸੋ ਗਰੀਬ ਅਤੇ ਅਮੀਰ ਦੇ ਬਾਰੇ ਕਿ ਠੀਕ ਮੈਂ ਆਖਿਆ ਜਾਂ ਗਲਤ ਆਖਿਆ, ਆਪਣੀ ਸਲਾਹ ਜ਼ਰੂਰ ਦੇਵਣੀ ਹੈ। ਇਨਸ਼ਾਅੱਲਾ ਅਗਲੇ ਵਲੌਗ 'ਤੇ ਮਿਲਸੂ, ਅੱਲਾ ਹਾਫਿਜ਼।